ਲੈ ਸੱਜਣੋ, ਪਹਿਲੀ ਝੋਟੀ ਲੱਗਿਆ ਫਤਿਹਾਬਾਦ ਮੰਡੀ ਦੀ ਦਿਖਾਉਣ, ਝੋਟੀ ਵੀ ਨਾ ਹਰਿਆਣੇ ਦੀ ਦਿਖਾਉਣ ਲੱਗਿਆ। ਇੱਕ ਵਾਰੀ ਥਣ ਥਨੋਟ ਦਿਖਾ ਦੇਣਾ ਨੇੜੇ ਤੋਂ, ਤੇ ਅਗਲੀ ਡਿਟੇਲ ਨਾ ਆਪਾਂ ਪੰਡਿਤ ਜੀ ਨੂੰ ਪੁੱਛ ਲਾਂਗੇ। ਕੰਮ ਜ਼ਰੂਰ ਵਪਾਰ ਦਾ, ਪਰ ਸੱਜਣੋ ਝੋਟੀਆਂ ਨਾ ਇਹਨਾਂ ਕੋਲ ਚੰਗੀਆਂ ਹੁੰਦੀਆਂ ਤੇ ਘਰੇ ਵੀ ਚੰਗੇ ਜਾਨਵਰ ਹੁੰਦੇ ਆ। ਮੁੱਠੀ ਦੀ ਚਬਾਈ ਵਾਲਾ ਥਣ ਲੱਗਿਆ, ਮੂੰਹੋਂ ਦੋ ਦੰਦ ਝੋਟੀਆਂ, ਤੇ ਇੱਧਰ ਬੈਕ ਤੋਂ ਨਾ ਥਣਾਂ ਦਾ ਗੈਪ ਗੂਪ ਦੇਖ ਸਕਦੇ ਹੋ, ਪੂਰੇ ਨਿੱਖੜਵੇਂ ਲੱਗਿਆ ਆਪਸ 'ਚ। ਤੇ ਬਾਕੀ ਹਰਿਆਣੇ ਦਾ ਜਾਨਵਰ ਨਾ ਸੱਜਣੋ ਜਿਹੜਾ ਹੁੰਦਾ, ਇਹਦੇ 'ਚ ਇੱਕ ਖਾਸੀਅਤ ਹੁੰਦੀ ਆ ਵੀ ਇਹਨੇ ਨਾ ਦੁੱਧ ਲੌਂਗ ਟਾਈਮ ਦੇਣਾ ਹੁੰਦਾ। ਸੱਜਣੋ ਆਹ ਝੋਟੀ ਨਾ ਵੀ ਤੁਹਾਨੂੰ ਮੂੰਹੋਂ ਦੋ ਦੰਦ ਸਿਰਫ 1,10,000 ਦੀ ਮਿਲੂਗੀ, ਕਿਉਂਕਿ ਮਿਲੂਗੀ ਵੀ ਤਾਂ ਸੱਜਣੋ ਹਲੇ 10-15 ਦਿਨ ਹਨਾ ਰੇਟ ਪੰਡਤ ਜੀ ਹਲੇ ਮੰਦੇ ਰਹਿਣਗੇ ਹਨਾ, ਹੋਰ ਤੇਜ਼ੀ ਹੋ ਗਈ ਬਾਅਦ ਮੈਂ ਤੋ ਹਾਂ ਜਦੋਂ। ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਮਿੱਤਰੋ, ਅੱਜ ਆਪਾਂ ਪਹੁੰਚੇ ਆ ਮੰਡੀ ਫਤਿਹਾਬਾਦ, ਸਟੇਟ ਹਰਿਆਣਾ, ਜਿਹੜੀ ਮੈਂ ਮੰਡੀ ਸੱਜਣੋ ਲੰਪੀ ਸਕਿੰਡ ਤੋਂ ਬਾਅਦ ਨਾ ਲੰਮਾ ਟਾਈਮ ਬੰਦ ਰਹੀ ਆ। ਲੰਮਾ ਟਾਈਮ ਬੰਦ ਰਹਿਣ ਦੇ ਮਗਰੋਂ ਅੱਜ ਪਹਿਲੇ ਦਿਨ ਇਹ ਮੰਡੀ ਖੁੱਲੀ ਆ, ਤੇ ਹਰ ਸੰਡੇ ਹਰ ਐਤਵਾਰ ਸੱਜਣੋ ਇਹ ਮੰਡੀ ਫਤਿਹਾਬਾਦ ਭਰਦੀ ਆ, ਤੇ ਇਸ ਤੋਂ ਬਾਅਦ ਹਰੇਕ ਸੰਡੇ ਸੱਜਣੋ ਇਹ ਮੰਡੀ ਲੱਗਿਆ ਕਰੂ। ਜੇ ਮੈਂ ਗੱਲ ਕਰਾਂ, ਇਹ ਮੰਡੀ ਹਰਿਆਣੇ 'ਚ ਪੈਂਦੀ ਆ, ਤੇ ਹਰਿਆਣੇ ਦਾ, ਪੰਜਾਬ ਦਾ, ਰਾਜਸਥਾਨ ਦਾ ਸੱਜਣੋ ਮੰਡੀ ਦੇ ਨਾ ਟੌਪ ਟੌਪ ਦੇ ਜਾਨਵਰ ਪਹੁੰਚਦੇ ਨੇ। ਅੱਜ ਆਪਾਂ ਸੱਜਣੋ ਤੁਹਾਨੂੰ ਫਤਿਹਾਬਾਦ ਮੰਡੀ ਦੇ ਜਾਨਵਰ ਦਿਖਾਵਾਂਗੇ, ਤੇ ਮੈਂ ਰੇਟਾਂ ਤੋਂ ਵੀ ਤੁਹਾਨੂੰ ਜਾਣੂ ਕਰਵਾ ਦੂੰਗਾ, ਤੇ ਵੀਡੀਓ ਨਾਲ ਨਾ ਐਂਡ ਤੱਕ ਜੁੜੇ ਰਹੋ, ਵੀਡੀਓ ਨੂੰ ਸਕਿਪ ਨਾ ਕਰਿਓ। ਆ ਜਾਓ ਆਪਾਂ ਤੁਹਾਨੂੰ ਫਤਿਹਾਬਾਦ ਮੰਡੀ ਦੇ ਦਰਸ਼ਨ ਕਰਵਾ। ਲੈ ਸੱਜਣੋ, ਪਹਿਲੀ ਝੋਟੀ ਲੱਗਿਆ ਫਤਿਹਾਬਾਦ ਮੰਡੀ ਦੀ ਦਿਖਾਉਣ, ਝੋਟੀ ਵੀ ਨਾ ਹਰਿਆਣੇ ਦੀ ਦਿਖਾਉਣ ਲੱਗਿਆ। ਇੱਕ ਵਾਰੀ ਥਣ ਥਨੋਟ ਦਿਖਾ ਦੇਣਾ ਨੇੜੇ ਤੋਂ, ਤੇ ਅਗਲੀ ਡਿਟੇਲ ਨਾ ਆਪਾਂ ਪੰਡਿਤ ਜੀ ਨੂੰ ਪੁੱਛ ਲਾਂਗੇ। ਕੰਮ ਜ਼ਰੂਰ ਵਪਾਰ ਦਾ, ਪਰ ਸੱਜਣੋ ਝੋਟੀਆਂ ਨਾ ਇਹਨਾਂ ਕੋਲ ਚੰਗੀਆਂ ਹੁੰਦੀਆਂ ਤੇ ਘਰੇ ਵੀ ਚੰਗੇ ਜਾਨਵਰ ਹੁੰਦੇ ਆ। ਆ ਜਾਓ ਪੰਡਿਤ ਜੀ ਨਾਲ ਮਿਲਿਆ ਦਾਂਗੇ। ਬਾਈ, ਸਤਿ ਸ਼੍ਰੀ ਅਕਾਲ। ਨਮਸਕਾਰ ਜੀ। ਨਾਮ ਕੀ ਹੈ ਜੀ ਆਪਣਾ? ਨਾਮ ਹੈ ਜੀ ਅਜੇ ਸ਼ਰਮਾ। ਅਜੇ ਸ਼ਰਮਾ, ਕਿਹੜਾ ਪਿੰਡ ਹੈ? ਮੀਰਕਾ ਹਿਸਾਰ ਕੇ ਪਾਸ। ਹਿਸਾਰ ਕੇ ਪਾਸ, ਹਾਂਜੀ ਹਾਂਜੀ। ਕਿਹੜਾ ਸੂਆ ਝੋਟੀ ਦਾ? 1 ਨੰਬਰ ਦੇ ਖੜੀ ਹੈ ਜੀ। ਪਹਿਲਣ ਦੰਦਾਂ ਚ ਪਤਾ ਜੀ? ਦੰਦਾਂ ਚੁੱਕ ਗਈ ਹੈ, ਦੁੱਧ 15 ਲੀਟਰ ਤਿਆਰ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਸੂਈ ਹੋ ਗਈ ਆ 10-11 ਦਿਨ ਗਈ, ਜੋ ਬੱਚਾ ਰਿਹਾ। ਅੱਛਾ, ਆਹ ਬੱਚਾ ਨਾਲ ਇਹਦੇ, ਤੇ ਇਹਦਾ ਫਿਰ 15 ਕਿਲੋ ਵਾਲੀ ਦਾ ਰੇਟ ਕੀ ਰਹੂਗਾ? ਰੇਟ ਤਾਂ ਕਰੋ ਅਸੀਂ 1.5 ਲੱਖ ਕਰਾ ਲਿਓ, 1,10,000 ਕੀ ਦੇਣੀ ਹੈ? 1-10 ਦੀ? ਹਾਂਜੀ। 1 ਲੱਖ ਦੀ ਹੋ ਜੂ ਬਈ? 2-4 ਹਜ਼ਾਰ ਰੁਪਏ ਘੱਟ ਵੱਧ ਹੋ ਜਾਊਗਾ। ਅੱਛਾ, ਹੋਰ ਘੱਟ ਵੱਧ ਹੋ ਜਾਊਗਾ। ਨੰਬਰ ਬੋਲ ਦੋ ਤੁਹਾਡਾ। ਨੰਬਰ ਹੈ ਜੀ 9670-9197-391। ਲੈ ਸੱਜਣਾ, ਝੋਟੀ ਖੋਲ ਕੇ ਤੋਰ ਦੇ। ਖੋਲ ਦੇ ਬਈ। ਲੈ, ਮੂੰਹੋਂ 4 ਦੰਦ ਝੋਟੀ ਆ, ਤੇ ਸਿੰਘ ਸੁੰਗ ਬਿਲਕੁਲ ਕੁੰਡੇ ਨੇ, ਤੇ ਬਾਕੀ ਨਾ ਜਿਹੜੀ ਵੱਡੀ ਗੱਲ ਆ ਸੱਜਣੋ, ਹਰਿਆਣੇ ਦੀ ਹਿਸਾਰ ਇਲਾਕੇ ਦੀ ਝੋਟੀ ਆ, ਜਦੋਂ ਤੁਰੂਗੀ ਨਾ ਤੁਹਾਨੂੰ ਮੈਂ ਲੇਵਾ ਲੂਵਾ ਦਿਖਾਊਂਗਾ ਇਹਦਾ, ਪੂਰਾ ਜ਼ਬਰਦਸਤ ਲੇਵੇ ਦੀ ਆ, ਤੇ ਲੇਵੇ ਤੇ ਨਾੜਾਂ ਨੂੜਾਂ ਦੀ ਗੱਲ ਕਰ ਲਾਂ, ਜੇ ਮੈਂ ਇਹਦੇ ਥਾਣ ਥਨੋਟ ਦੀ ਗੱਲ ਕਰ ਲਾਂ ਨਾ, ਝੋਟੀ ਐਨ ਤੁਰਦੀ ਆ ਪਹਿਲਵਾਨਾਂ ਵਾਂਗੂ, ਪੂਰੀ ਜ਼ਬਰਦਸਤ ਝੋਟੀ ਆ ਸੱਜਣੋ, ਕਿਸੇ ਪੱਖੋਂ ਵੀ ਝੋਟੀ 'ਚ ਕੋਈ ਕਮੀ ਨਹੀਂ। ਤੇ ਨੰਬਰ ਬਾਈ ਹੋਣਾ ਦਾ ਵੀਡੀਓ 'ਚ ਹੀ ਚੱਲੂਗਾ, ਤੇ ਜਿਹਨੂੰ ਸੱਜਣੋ ਪਸੰਦ ਆਊ ਗੱਲਬਾਤ ਕਰਕੇ ਨਾ ਬਾਈ ਤੋਂ ਖਰੀਦ ਲਿਓ। ਤੇ ਬਾਕੀ ਜਿਹੜੀ ਗੱਲ ਆ ਨਾ ਰੇਟ ਨਾ ਸੱਜਣੋ ਬਾਈ ਨੇ ਬਿਲਕੁਲ ਜੈਨੂਅਨ ਕਰਿਆ, ਤੇ ਇਹਦੇ 'ਚੋਂ ਵੀ ਨਾ ਬਾਈ ਕਹਿੰਦਾ ਮਾਨ ਤਾਨ ਹੋ ਜੂਗਾ, 5-6 ਝੋਟੀਆਂ ਦਿਖਾਵਾਂਗੇ ਅੱਜ ਆਪਾਂ ਬਾਈ ਜਾਂ ਜੁੜੇ ਰਹੋ ਵੀਡੀਓ ਨਾਲ। ਲੈ, 2 ਨੰਬਰ ਵਾਲੀ ਝੋਟੀ ਕਿਹੜੀ ਆ? ਜਗੜ ਲੈ ਸਾਹਮਣੇ, ਆ 2 ਨੰਬਰ ਵਾਲੀ ਝੋਟੀ ਤੇ ਲੈ ਕੇ ਚੱਲਦੇ ਹਾਂ। ਇਹਨੂੰ ਪਹਿਲਾਂ ਤੋਰ ਕੇ ਦਿਖਾ ਦੇਣਾ, ਤੇ ਡਿਟੇਲ ਨਾ ਫਿਰ ਇਹਦੀ ਪੁੱਛ ਲਾਂਗੇ। ਆ ਇਹਨੂੰ ਚਲਾ ਦੇਣਾ ਐਂ, ਤੇ ਸਿੰਘ ਸੁੰਘ ਸੱਜਣੋ ਇਹਦਾ ਵੀ ਚੰਗਾ, ਤੇ ਬਾਕੀ ਹਰਿਆਣੇ ਨੇ ਝੋਟੀਆਂ ਦਿਖਾਊਂਗਾ ਅੱਜ ਮੈਂ ਸਾਰੀਆਂ ਜਿੰਨੀਆਂ ਦਿਖਾਊਂਗਾ ਨਾ ਇਹ ਬਲੌਕ 'ਚ, ਚਲਾ ਦੇ ਇਹਨੂੰ, ਚਲਾ ਦੇ ਲੰਬੀ ਚਲਾ ਦੇ। ਤੇ ਬਾਕੀ ਜੇ ਗੱਲ ਕਰਾਂ ਇਹਦੇ ਥਣ ਲੇਵੇ ਦੀ, ਤੇ ਪੂਰਾ ਟੌਪ ਦਾ ਲੱਗਿਆ। ਬਾ ਮੋੜ ਲਓ ਜੀ। ਤੋ ਇੱਥੋਂ ਬੈਕ ਤੋਂ ਨਾ ਸੱਜਣੋ ਲੇਵਾ ਲੂਗਾ ਦੇਖ ਸਕਦੇ ਆ, ਤੇ ਬਾਕੀ ਇਹਦੇ ਬਾਰੇ ਪੁੱਛਦੇ ਆ ਮੈਂ। ਇਧਰਲੀ ਸਾਈਡ ਆ ਜੀ। ਇਹਦਾ ਸੂਆ ਕਿਹੜਾ ਜੀ? ਇਹ ਦੂਜੇ ਸੂਆ ਜੀ। ਦੂਜੇ ਥੱਲਿਓਂ ਕਿਵੇਂ ਪੋਲੀ ਜੀ ਲੱਗਦੀ ਆ? ਥੱਲਿਓਂ ਬਾਜ਼ਾਰ ਨਹੀਂ ਕਿ ਲਗਾਇਆ ਆਜ, ਕਿਉਂ ਮੈਂ ਮੰਡੀ ਰਵੇਰਾ ਨਹੀਂ ਕੈਸੀ ਲਗਾ ਕੈਸੀ ਨਾ ਲਗਾਇਆ। ਅੱਛਾ, ਮਤਲਬ ਕਨਫਰਮ ਨਹੀਂ ਹੈਗਾ ਦੀ ਮੰਡੀ ਕਿਵੇਂ ਭਰੂ? ਸਹਿਜ ਨਹੀਂ ਸੂਈ ਹੈ, 12 ਲੀਟਰ ਦੂਧ ਹੈ ਇਸਕਾ, ਥੱਲੇ ਕੱਟੀ ਹੈ।
12 ਲੀਟਰ ਹਾਂਜੀ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਸੂਈ 6 ਦਿਨ ਹੀ ਹੋ ਗਈ। ਅੱਛਾ, ਕਿੰਨਾ ਕੁ ਦੁੱਧ ਪਾ ਸਕਦੀ ਹੈ? ਦੁੱਧ 12 ਲੀਟਰ ਹੈ, ਦੁੱਧ ਕੱਢੇਗੀ 16-17 ਲੀਟਰ ਖੁੱਲਾ। 14-15 ਵੀ ਕੱਢ ਦੂ, ਖੁੱਲਾ ਕੱਢੇਗੀ 16-17। ਰੇਟ ਇਹਦਾ ਫਿਰ? ਰੇਟ ਹੈ ਜੀ ਇਸਕੇ 1,30,000 ਰੁਪਏ। ਇਹਦੇ ਜ਼ਿਆਦਾ ਮੰਗੀ ਹੈ ਨਾ? ਉਹ ਚੋਟੀ ਚੰਗੀ ਹੈ, ਉਹ ਠੋਕ ਰੱਖੀ ਹਮਨੇ ਜਾਂ ਠੋਕੀ ਕੋ ਨਹੀਂ। ਅੱਛਾ ਹਾਂ, ਇਹਦਾ ਇਕੜ ਨਹੀਂ ਲੱਗਿਆ, ਉਹਦਾ ਬਾਜ਼ਾਰ ਲੱਗਿਆ ਹੋਇਆ ਹੈ ਨਾ? ਇਸਕੇ ਬਾਜ਼ਾਰ ਕੋ ਲੱਗ ਰਿਹਾ ਹੈ, ਇਹਨੂੰ ਕੋ ਲਗਾਇਆ ਬਸ ਮਾਤਾ ਦਾ ਸੂਈ ਹੈ, ਕੋਈ ਬਾਤ ਨਹੀਂ ਆਪਣਾ ਮੰਡੀ ਦੇ ਗਿਆ ਹੋਇਆ, ਪਹਿਲੀ ਮੰਡੀ ਲੱਗੀ ਹੈ। ਜੇ ਬਾਜ਼ਾਰ ਲਾਣਾ ਫਿਰ ਇਹ ਵੀ ਤੁਰਦੀ, ਬਾਜ਼ਾਰ ਲਗਾ ਦਈਆ ਵੀ ਫਿਰ ਤੁਰਦੇ ਰੱਖ ਲੈਣਾ। ਅੱਛਾ, ਕਿੰਨੇ ਦੀ ਹੋ ਜੂਗੀ ਲਾਸਟ ਇਹ? ਯਾ ਬਸ 1.25 ਲੱਖ ਹੀ ਦਿਆਂਗੇ। 20 ਕੀ ਹੋ ਜੂ? ਨਾ 20 ਕੀ ਦਿਆਂ ਕੋ, 20 ਕੀ ਦਿਆਂ ਕੋ। ਅੱਛਾ, ਕਿਹੜੇ ਏਰੀਆ ਦਾ ਮਾਲ ਆ ਸਾਰਾ? ਹਿਸਾਰ ਪੇਵਰ ਹਿਸਾਰ, ਹਿਸਾਰ ਇਲਾਕੇ ਦਾ ਮਾਲ। ਹਾਂਜੀ ਹਾਂਜੀ। ਇਹਦੀ ਕੀ ਡਿਟੇਲ ਆ ਜਿਹੜੀ ਆ ਪਿੱਛੇ ਤੇ? ਯਾ ਪਹਿਲਣ ਕੱਟੀ ਖੋਲ ਕੇ ਦਿਖਾ ਰਹਾ। ਅੱਛਾ, ਇਹ ਪਹਿਲਣ ਹੈ? ਹਾਂ, ਦੰਦ ਦੁੱਗੀ ਹੈ, ਪਹਿਲਣ ਕੱਟੀ ਹੈ। ਲੈ ਆ ਨਾ ਸੱਜਣੋ, ਦੋ ਦੰਦ ਹੈ ਮੂੰਹੋਂ, ਪਹਿਲਣ ਕੱਟੀ ਹੈ ਤੇ ਹੈਗੀ ਵੀ ਬਾਲੀ ਸ਼ਕੀਨ ਆ। ਤੇ ਇਧਰ ਤੋਂ ਥਣ ਥਣਾਉਟ ਲੇਵਾ ਇਹਦਾ ਵੀ ਦੇਖ ਸਕਦੇ ਹੋ, ਇਹਦਾ ਵੀ ਚੰਗਾ ਦਿਖਾਉਂਦੀ ਆ ਲੇਵਾ। ਤੇ ਬਾਕੀ ਨਾ ਅੱਗੇ ਤੋਂ ਮੈਂ ਨਾੜਾਂ ਨੂੜਾਂ ਵੀ ਦੇ ਲੇਵੇ ਤੇ ਤੁਹਾਨੂੰ ਦਿਖਾ ਦੂੰਗਾ, ਚੰਗੀਆਂ ਨੇ। ਤੇ ਬਾਕੀ ਥਾਣਾ ਜਿਹੜਾ ਸੱਜਣੋ, ਥਣ ਵੀ ਬਾਲਾ ਚੰਗਾ ਲੱਗਿਆ, ਮੁੱਠੀ ਦੀ ਚਵਾਈ ਵਾਲਾ ਥਣ ਲੱਗਿਆ, ਮੂੰਹੋਂ ਦੋ ਦੰਦ ਝੋਟੀ ਆ। ਤੇ ਇਧਰ ਬੈਕ ਤੋਂ ਨਾ ਥਣਾਂ ਦਾ ਗੈਪ ਗੂਪ ਦੇਖ ਸਕਦੇ ਹੋ, ਪੂਰੇ ਨਿਖੜਵੇਂ ਲੱਗਿਆ ਆਪਸ ਚ। ਤੇ ਬਾਕੀ ਹਰਿਆਣੇ ਦਾ ਜਾਨਵਰ ਨਾ ਸੱਜਣੋ ਜਿਹੜਾ ਹੁੰਦਾ, ਇਹਦੇ ਚ ਇੱਕ ਖਾਸੀਅਤ ਹੁੰਦੀ ਆ ਵੀ ਇਹਨੇ ਨਾ ਦੁੱਧ ਲੌਂਗ ਟਾਈਮ ਦੇਣਾ ਹੁੰਦਾ, ਤੇ ਬਾਕੀ ਠੰਡਾ ਸੀਲ, ਸੁਭਾਅ ਦਾ ਵੀ ਠੰਡਾ ਸੀਲ ਹੁੰਦਾ। ਆ ਜਾਓ ਪੰਡਿਤ ਜੀ, ਇਹਦਾ ਇਹਦਾ ਕਿੰਨਾ ਕੁ ਦਿਨ ਹੋ ਗਏ ਇਹਨੂੰ ਸੂਈ ਨੂੰ? ਕਿੰਨਾ ਕੁ ਦਿਨ? ਇਹ ਸੂਈ ਹੋ ਗਈ ਜੀ ਆ 7 ਦਿਨ ਦੀ। 7 ਦਿਨ ਦੀ? ਹਾਂ, 12 ਲੀਟਰ ਦੁੱਧ ਹੈ, ਪਹਿਲਾਂ ਕੱਟੀ ਹੈ, ਦੰਦ ਦੁੱਗੀ ਹੈ, ਦੋ ਦੰਦ। ਇਹਦਾ ਰੇਟ? ਇਸਕੇ ਰੇਟ ਕਰਵਾਓ ਤਾਂ 35-40 ਕੁਝ ਕਰਾ ਲਿਆ, 1.10 ਦੇਣੀ ਹੈ। 1,10,000 ਜੀ। ਲੈ ਸੱਜਣੋ ਆ ਝੋਟੀ ਨਾ, ਤੁਹਾਨੂੰ ਮੂੰਹੋਂ ਦੋ ਦੰਦ ਸਿਰਫ 1,10,000 ਦੀ ਮਿਲੂਗੀ। ਕਿਉਂਕਿ ਮਿਲੂਗੀ ਵੀ ਤਾਂ ਸੱਜਣੋ, ਹਲੇ 10-15 ਦਿਨ ਹਨਾ ਰੇਟ ਪੰਡਤ ਜੀ ਹਲੇ ਮੰਦੇ ਰਹਿਣਗੇ ਹਨਾ, ਹੋਰ ਤੇਜ਼ੀ ਹੋ ਗਈ ਬਾਅਦ ਮੈਂ ਤੋ। ਹਾਂ, ਜਦੋਂ ਤੇਜ਼ੀ ਦੇ ਵਿੱਚ, ਤੇਜ਼ੀ ਚ ਤਾਂ ਇਹੀ ਝੋਟੀਆਂ ਸੱਜਣੋ 35 ਦੀਆਂ 1.25 ਦੀਆਂ ਹੋ ਜਾਣੀਆਂ। ਆ ਵੀ ਆਪਣੀ ਹੈ? ਨਾ, ਯਾਰੀ ਆਪਣੀ। ਅੱਛਾ, ਹੋਰ ਕਿਹੜੀ ਆ ਝੋਟੀ ਆਪਣੀ? ਇਹ ਕੀ ਆ ਝੋਟੀ ਦੂਜੇ ਸਵੇ? ਲੈ ਓਏ ਸੱਜਣੋ, ਨਗੀਨੇ ਪੰਡਤ ਨਾ ਜਮੀ ਨਗੀਨੇ ਚੱਕੀ ਫਿਰਦਾ। ਤੇ ਇਹਦਾ ਵੀ ਲੇਵਾ ਲੂਆ ਦੇਖ ਸਕਦੇ ਹੋ, ਇਧਰੋਂ ਅੱਗੇ ਤੋਂ ਦੇਖ ਸਕਦੇ ਹੋ, ਡਿਟੇਲ ਇਹਦੀ ਪੁੱਛ ਲੈਣੇ ਆ, ਪਹਿਲਾਂ ਤੁਹਾਨੂੰ ਤੋੜ ਕੇ ਦਿਖਾ ਦਾਂਗੇ। ਐ ਨੂੰ ਚਲਾ ਦੂ ਜੀ, ਝੋਟੀਆਂ ਨਾ ਜੇ ਸੱਜਣੋ ਮੈਂ ਗੱਲ ਕਰਾਂ ਅੱਜ ਮੀਰਕ ਵਾਲੇ ਪੰਡਤਾਂ ਲਵੇ ਨਾ, ਚੰਗੀਆਂ ਨੇ ਸਾਰੀਆਂ, ਕਿਉਂਕਿ ਚੰਗਾ ਜਾਨਵਰ ਲੈਣ ਦੇ ਇਹ ਸ਼ੌਕੀਨ ਨੇ। ਵਾਹ ਬਾਂਦੇ ਬਾਈ। ਤੇ ਇਧਰੋਂ ਅੱਗੇ ਤੋਂ ਸੱਜਣੋ ਦੇਖ ਸਕਦੇ ਹੋ, ਥਣ ਥਣਾ ਉੱਤੇ ਨਾੜਾਂ ਨੂੜਾਂ ਤੇ ਦੂਰੀ ਦੇਖ ਸਕਦੇ ਹੋ, ਬਾਕੀ ਚੰਗੇ ਲੇਵੇ ਦੀ ਆ। ਇਹਦੀ ਵੀ ਡਿਟੇਲ ਆਪਾਂ ਬਾਈ ਨੂੰ ਪੁੱਛ ਲੈਂਦੇ ਆ। ਇਧਰ ਨੂੰ ਆ ਜਾਓ ਬਾਈ, ਇਧਰਲੀ ਸਾਈਡ। ਇਹਦਾ ਸੂਆ ਕਿਹੜਾ? ਇਹ ਦੂਜੇ ਸੂਏ ਦੰਦ ਛਿੱਗੀ ਹੈ, ਮੂੰਹੋਂ 6 ਦੰਦ, ਦੂਜਾ ਸੂਆ। ਹਾਂ, 15 ਲੀਟਰ ਦੂਧ ਤਿਆਰ, ਇਸਕੇ ਸੂਈ ਹੋ ਗਈ ਅੱਜ 15 ਦਿਨ ਦੀ। 15 ਦਿਨ? ਇਹਦਾ ਰੇਟ? ਇਸਕੇ ਰੇਟ ਹੈ 1,30,000 ਰੁਪਏ। ਮੰਦੇ ਜੇ ਦੇ ਹਿਸਾਬ ਨਾਲ ਦੱਸੀ ਯਾਰ, ਮੰਦੇ ਦੇ ਹਿਸਾਬ ਨਾਲ 1,20,000 ਕੀ ਦੇ ਦੇ। ਹਾਂ, 1,20 ਦੀ। ਹਾਂਜੀ, ਹੋਰ ਕਿਹੜੀ ਝੋਟੀ ਆਪਣੇ ਕੋਲ? ਇਹ ਕੀ ਆ ਕੱਟੀ ਹੈ? ਆਹਾ, ਦੂਜੇ ਸੂਏ ਖੁੱਲ ਰਿਹਾ। ਇਹਦਾ ਸੂਆ ਕਿਹੜਾ? ਦੂਜੇ ਹੀ ਹੈ, ਦੂਜਾ ਸੂਆ, ਦੰਦਾਂ 'ਚ ਵੀ ਇਹ? ਦੰਦਾਂ 'ਚ ਛਿੱਗੀ ਹੈ। ਕਿੰਨੇ ਕੁ ਦਿਨ ਹੋ ਗਏ ਸੂਈ? ਦੂਧ ਇਸਮੇ 17-18 ਲੀਟਰ ਤਿਆਰ। 17 ਲੀਟਰ ਤਿਆਰ? ਆਹ ਦਿਖਾਉਣਾ ਉਹ ਸੱਜਣੋ ਮੈਂ ਤੁਹਾਨੂੰ, 17 ਲੀਟਰ ਤਿਆਰ ਵਾਲੀ ਪਾ ਬੰਦ ਲੇਵਾ ਤਾਂ ਬੰਦ ਜਾ ਰੱਖਦੀ ਆ, ਤਾਂ ਬੰਦ ਜੇ ਲੇਵੇ ਦੀ ਆ ਸੱਜਣੋ। ਇੱਧਰ ਤੋਂ ਨਾ ਮੂੰਹ ਮੱਥਾ ਸਿੰਘ ਤੇ ਅੱਗੇ ਤੋਂ ਲੇਵੇ ਲੂਵੇ ਦੀ ਕੁਆਲਿਟੀ ਤੁਹਾਨੂੰ ਦਿਖਾ ਦਾਣਾ ਮੈਂ। ਬਾਕੀ ਦੁੱਧ ਬਾਹਲਾ ਦੱਸਦਾ ਸੱਜਣ, ਪੁੱਛਦਿਆਂ ਚੱਲ ਕੇ ਵੀ ਇੰਨਾ ਕੇ ਕੱਢ ਸਕਦੇ ਆ ਨਾ ਦੁੱਧ ਬਾਹਲਾ ਦੱਸੀਆਂ ਨੇ ਪੰਡਿਤ ਜੀ। ਹੈਗੀ 18 ਲੀਟਰ ਤਿਆਰ ਹੈ ਜੀ, 17-18 ਲੀਟਰ ਤਿਆਰ ਆ ਗਾੜੀ ਦੁੱਟੀ, 3-3.5 ਕਿਲੋ ਦੀ ਦੋ। ਅੱਛਾ, ਬਾਜ਼ਾਰ ਬਜ਼ੂਰ ਲੱਗਿਆ ਇਹਨੂੰ? ਨਾ, ਕੱਲ ਸ਼ਾਮ ਨੇ 3 ਵਜੇ ਬਿਲਕੁਲ ਖਾਲੀ ਕਰ ਦਿੱਤੀ। ਅੱਛਾ, ਕੱਲ ਸ਼ਾਮ ਦੀ ਖਾਲੀ ਕਰੀ ਆ ਤਾਂ ਕਰਕੇ ਨਾ ਘੱਟ ਲੱਗਦੀ ਆ ਥੱਲੋਂ ਹਨਾ। ਹਾਂ, ਮੈਂ ਕਹਿੰਦੀ 17-18 ਦੀ ਤਾਂ ਹਨਾ ਮੰਡੀ ਚ ਫਸ ਫਸ ਕੇ ਤੁਰਦੀ ਆ, ਬਾਹਲੀ ਬਣ ਜਾਂਦੀ ਆ। ਜ਼ਿਆਦਾ ਫਸਾਇਆ ਬਾਅਦ ਨੇ ਫਿਰ ਆ ਪਟ ਜੀਗੀ। ਹੈਂ ਹੈਂ, ਕੋਈ ਨਹੀਂ, ਜ਼ਿਆਦਾ ਬੋਲ ਮੰਗੂ ਫੁੱਟ ਤੂੰ, ਜ਼ਿਆਦਾ ਹਵਾ ਪਾ, ਜ਼ਿਆਦਾ ਫਸਾਣੀ ਠੀਕ ਕੋ ਨਹੀਂ। ਅੱਛਾ, ਇਹ ਵੱਡਾ ਬਾਜ਼ਾਰ ਨਹੀਂ ਆਪਾਂ ਲਾਉਂਦੇ ਜਾਂ? ਨਾ ਨਾ,
ਹੋਰ ਕਿਹੜੀ ਝੋਟੀ ਆਪਣੇ ਕੋਲ? ਬਸ ਆਪਣੇ ਕੋਲ 6 ਹੀ ਡੰਗਰ ਹੈ। ਅੱਛਾ, ਨੰਬਰ ਫਿਰ ਬੋਲੋ ਕੋਈ। ਨੰਬਰ ਹੈ ਜੀ 9670-9191-393। ਲੈ ਸੱਜਣੋ, ਨਾ ਪੰਡਿਤ ਜੀ ਦੀਆਂ ਅੱਜ 6 ਝੋਟੀਆਂ ਦਿਖਾਈਆਂ ਨੇ। 6 ਝੋਟੀਆਂ ਸੱਜਣੋ ਚੰਗੀਆਂ ਨੇ, ਪਹਿਲੇ ਦੂਜੇ ਸੂਹਿਆਂ 'ਚ ਨੇ ਤੇ ਬਾਕੀ ਜਾਨਵਰ ਦੰਦਾਂ 'ਚ ਨੇ। ਤੇ ਫੋਨ ਸੱਜਣੋ ਪੰਡਿਤ ਜੀ ਨੂੰ ਕਰ ਲਿਓ, ਜਿਹਨੂੰ ਕੋਈ ਝੋਟੀ ਇਹਨਾਂ 'ਚੋਂ ਪਸੰਦ ਆਜੂਗੀ। ਅੱਜ ਨਾ ਤੁਹਾਨੂੰ ਮੈਂ ਫਤਿਹਾਬਾਦ ਮੰਡੀ, ਸਾਰੀ ਮੰਡੀ ਦੇ ਦਰਸ਼ਨ ਕਰਾ ਦੂੰਗਾ, ਕਿਉਂਕਿ ਸਮੇਂ ਬਾਅਦ ਨਾ ਮੰਡੀ ਅੱਜ ਪਹਿਲੇ ਦਿਨ ਲੱਗੀ ਆ, ਉਹਦੇ ਕਰਕੇ ਥੋੜਾ ਜਿਹਾ ਘੱਟ ਹੈ ਜਾਨਵਰ, ਪਰ ਗਾਕੀ ਗੁਕੀ ਨਾ ਸੱਜਣੋ ਚੰਗੀ ਪਹੁੰਚੀ ਹੋਈ ਆ। ਤੇ ਮੈਂ ਬੇਨਤੀ ਕਰੂੰਗਾ ਸਾਰੇ ਸੱਜਣਾਂ ਨੂੰ ਵੀ ਹੁਣ ਇਹ ਮੰਡੀ ਨਾ ਹਰ ਐਤਵਾਰ ਹਰ ਸੰਡੇ ਭਰਿਆ ਕਰੂਗੀ। ਲੈ ਮੀਰਕਾਂ ਨੇ ਪੰਡਤਾਂ ਦੀ ਨਾ ਤੁਹਾਨੂੰ ਮੈਂ ਇੱਕ ਝੋਟੀ ਹੋਰ ਲੱਗਿਆਂ ਤੋਰਨ, ਤੀਜੇ ਕਸੂਏ ਦੀ ਝੋਟੀ ਆ ਸੱਜਣੋ, ਥੱਲਿਓਂ ਇਹ ਵੀ ਬਾਹਲੀ ਚੰਗੀ ਹੈ ਤੇ ਲੇਵਾਲੂ ਬਾ ਇਹਦਾ ਵੀ ਠੀਕ ਆ, ਥੱਲਿਓਂ ਥਣ ਥਣੋੜ ਚੰਗਾ ਲੱਗਿਆ, ਕਮਾਲ ਆ ਜੀ, ਐਂ ਦੀ ਕਮਾਲ। ਅੱਛਾ, ਲੈ ਨੇੜੇ ਚੱਲ ਕੇ ਪੁੱਛਦੇ ਆ ਜੀ ਡਿਟੇਲ ਵੀ। ਜਾਨਵਰ ਸਾਰੇ ਹਰਿਆਣੇ ਦੀ ਆ ਰਹੇ ਨੇ ਆਪਣੇ ਅੱਜ ਵਾਲੇ ਬਲੋਕ 'ਚ ਤੇ ਪੰਜਾਬ ਵਾਲੇ ਵੀ ਕਵਰ ਕਰਾਂਗੇ, ਦੂਸਰੇ ਬਲੋਕ 'ਚ ਦਿਖਾਵਾਂਗੇ। ਲੈ ਆਜੋ ਪੰਡਤ ਜੀ, 17-18 ਲੀਟਰ ਦੁੱਧ ਹੈ ਇਸ ਕੇ ਲਈ। ਇੱਕ ਮਿੰਟ ਲੈ, ਲੇਵਾਲੂ ਆ ਨਾ ਮੈਂ ਦਿਖਾ ਦਾਂ, ਸਮਾਰ ਕੇ ਪਹਿਲਾਂ ਫਿਰ ਪੁੱਛਦਾ ਡਿਟੇਲ ਇਹਦੀ। ਹਾਂਜੀ, ਸੂਆ ਦੱਸੋ ਪਹਿਲਾਂ ਤਾਂ ਕਿਹੜਾ? ਇਹ ਤੀਜੀ ਸੂਏ, ਤੀਸਰਾ ਸੂਆ। ਹਾਂ, ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਜਾਈ ਹੋ ਗਈ ਅੱਜ 10-12 ਦਿਨ ਦੀ। ਦੁੱਧ ਕਿੰਨਾ ਤਿਆਰ ਹੈ? 16 ਲੀਟਰ ਪੱਕਾ। 16 ਤਿਆਰ? ਹਾਂਜੀ। ਰੇਟ ਇਹਦਾ? ਰੇਟ ਤਾਂ ਦੇਣੀ ਹੈ 95 ਦੀ। 1.95 ਦੀ? ਪੂਰੀ 95 ਦੀ। ਅੱਛਾ, ਕੱਲੇ 95 ਦੀ? ਉਹ ਲੈ ਸੱਜਣੋ, ਨਾ ਮੈਨੂੰ ਤਾਂ ਭੁਲੇਖਾ ਲੱਗ ਗਿਆ ਸੀ, ਡਰੀ ਗਿਆ ਸੀ ਮੈਂ ਕਿਤੇ 1.95 ਤਾਂ ਆਊ, ਕਹਿੰਦਾ 95,000 ਦੀ ਦੇ ਦਾਂਗੇ। ਮੁੱਲ 'ਚ 1-5 ਵਾਲਾ ਦੇਣੀ 95 ਦੀ? ਮੁੱਲ ਜਿੰਨਾ ਮਰਜ਼ੀ ਕਰਾ ਲਓ, ਆਪਾਂ 95 ਦੀ ਝੋਟੀ ਇਹ ਦੇ 95 ਦੇਣੀ। ਉਹ ਦਿਖਾਈ ਆਪਾਂ ਪਰਲੀ ਝੋਟੀ? ਉਹ ਦਿਖਾ ਪਹਿਲੇ। ਲੈ ਸੱਜਣੋ, ਪਹਿਲੇ ਕਿਟਰ ਖੋਲ ਰਿਹਾ, ਗੀਨਾ ਹੋਰ ਦਿਖਾਉਣ ਲੱਗਾ। ਇਹਦਾ ਪੰਡਤ ਜੀ ਕਿਹੜਾ ਸੂਆ ਹੈ? ਇਹ ਪਹਿਲੇ ਸੂਆ ਹੈ, 4 ਦੰਦ ਹੈ ਮੂੰਹੋਂ, 4 ਦੰਦ। ਹਾਂ, ਮੂੰਹ ਤੇ 2 ਕਹਦੇ, ਨਿੱਕੀ ਜੀ ਲੱਗਦੀ ਹੈ ਹਨਾ, ਪਰ 4 ਦੰਦ ਹੋ ਗਈ ਹੈ ਨਾ ਮੂੰਹੋਂ, ਐਂ ਚਲਾਣੀ ਚਾਹੇ ਸਾਹਮਣੇ। ਲੈ ਆਹ 4 ਦੰਦ ਹੈ ਸੱਜਣੋ, ਪਹਿਲਾ ਸੂਆ। ਜ਼ਿਆਦਾਤਰ ਜਾਨਵਰ ਨਾ ਹਰਿਆਣੇ ਦੇ ਤੁਹਾਨੂੰ ਦੰਦਾਂ 'ਚ ਹੀ ਮਿਲਣਗੇ, 2 ਦੰਦ, 4 ਦੰਦ, 6 ਦੰਦ ਤੱਕ ਵੀ ਮਿਲਣਗੇ ਦੂਜੇ ਸੂਏ। ਇੱਥੇ ਕਈ ਜਾਨਵਰ ਨਾ 6 ਦੰਦਾਂ 'ਚ, ਤੀਜੇ ਸੂਏ ਦੇ ਨੇੜੇ ਤੇੜੇ ਵੀ ਸੂ ਪਾਉਂਦੇ ਨੇ ਜਾ ਕੇ। ਤੇ ਡਿਟੇਲ ਇਹਦੀ ਆਪਾਂ ਨਿਕਲ ਡਿਗਰੀ ਪੱਡੀ ਤੋਂ ਥਾਣੇ ਦਾ ਦਿਖਾ ਦੇਣਾ ਤੁਹਾਨੂੰ ਇੱਕ ਵਾਰੀ। ਵਾਹ ਕਮਾਲ ਹੈ ਬਾਈ, ਇਹਦਾ ਮੂੰਹ ਮੱਥਾ ਦਿਖਾ ਦੇਣਾ ਤੁਹਾਨੂੰ, ਬਿਲਕੁਲ ਨਿੱਕੇ ਸਿੰਘਾਂ 'ਚ ਝੋਟੀ ਤੇ ਸੂਆ ਵੀ ਇਹਦਾ ਪਹਿਲਾ ਹੈ। ਪਹਿਲੇ ਸੂਏ ਹੈ? ਇੱਧਰ ਆ ਜੂ, ਪਹਿਲਾ ਸੂਆ ਪੰਡਤ ਜੀ? ਪਹਿਲੇ ਸੂਏ ਹੈ। ਦੰਦਾਂ 'ਚ ਕਿਵੇਂ ਦੱਸਿਆ ਜੀ? ਚੋਗੀ। ਮੂੰਹੋਂ 4 ਦੰਦ? 4 ਦੰਦ ਹੈ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਆ 6-7 ਦਿਨ ਸੀ, ਥੱਲੇ ਕੱਟੀ ਹੈ। ਥੱਲੇ ਕੱਟੀ, ਹਫ਼ਤੇ ਕਦੀ ਸੂਈ ਹੋਈ? ਹਾਂ। ਕਿੰਨੇ ਕੁ ਬੋਲੀ ਤਿਆਰ ਹੋ ਗਈ ਬੋਲੀ? ਦੱਸਿਓ ਨਾ ਜਮਾ ਜੈਨੂਅਨ। 9-10 ਲੀਟਰ ਕਿਲੋ, ਅੱਧਾ ਕਿਲੋ ਘੱਟ ਹੀ ਦੱਸੋ। 9-10 ਲੀਟਰ ਵਿੱਚ ਮੈਂ ਤਿਆਰ ਹੈ। ਅੱਛਾ ਜੀ। ਹਾਂ, 9-10 ਕਿਲੋ ਤਿਆਰ? ਹਾਂ। ਰੇਟ ਇਹਦਾ? ਰੇਟ ਤਾਂ ਮੋਲ ਤੇ ਚਾਹੀ 1-5 ਵਾਲਾ ਦੇਣੀ ਹੈ 85 ਦੀ। 85,000? 80 ਦੀ ਹੋ ਜੂ? ਦੇ ਦੇਗੇ। ਦੇ ਦੇਗੇ ਘਰ ਕੇ ਬੰਦੇ ਆ ਕੇ ਹੋ ਜੂਗੀ। ਨੰਬਰ ਬੋਲੋ ਤੁਹਾਡਾ। 98-137-26-457। ਥੋੜਾ ਜਿਹਾ ਹੌਲੀ ਬੋਲੋ ਨਾ, ਸਾਡੇ ਪੰਜਾਬ ਵਾਲਿਆਂ ਨੂੰ ਸਮਝ ਨਹੀਂ ਆਉਂਦੀ। 98-137-26-457। 98-137-26-457। 26-457, 98-137-26-457 ਸੱਜਣੋ, ਮੈਂ ਨੰਬਰ ਨਾ ਤੁਹਾਨੂੰ ਨਾਲ ਬੋਲਦਾ ਨਾ। ਇਹ ਝੋਟੀ ਹੋ ਜੂਗੀ 4 ਦੰਦ ਮੂੰਹੋਂ 80,000 ਦੀ, ਤੇ ਉਹਦੀ ਪਰਲੇ ਪਾਸੇ ਝੋਟੀ ਦਿਖਾਈ ਤੀਜੇ ਸੂਏ, ਉਹ ਹੋ ਜੂਗੀ ਸੱਜਣੋ 95 ਦੀ ਕਹਿੰਦਾ ਤਾਂ, ਉਹ ਵੀ ਮੈਨੂੰ ਪਤਾ 90 ਰੇਟ ਗੇੜ 'ਚ ਝੋਟੀ ਹੋ ਜੂਗੀ। ਤੇ ਫੋਨ ਸੱਜਣੋ ਮਿਲਿਆ ਲਿਓ ਜਿਹਨੂੰ। ਲੈ ਸੱਜਣੋ, ਫਤਿਹਾਬਾਦ ਮੰਡੀ ਤੇ ਨਾ ਇੱਕ ਜੋੜਾ ਦੂਜੇ ਸੂਏ ਦਾ ਆਪਾਂ ਤੁਹਾਨੂੰ ਹੋਰ ਲੱਗਿਆ ਦਿਖਾਉਣ। ਇੱਕ ਵਾਰੀ ਇਧਰੋਂ ਸਿੰਘ ਸੁੰਘ ਮੂੰਹ ਮੱਥਾ ਦਿਖਾ ਦੇਣੇ ਝੋਟੀ ਦਾ, ਤੇ ਬਾਕੀ ਨਾ ਖੜੀ ਦਾ ਮੈਂ ਇਧਰੋਂ ਤੁਹਾਨੂੰ ਥਾਣਲੇਵਾ ਦਿਖਾ ਦੇਣਾ, ਜਿਹੜਾ ਥਾਣਾ ਝੋਟੀ ਨੂੰ ਪੂਰਾ ਟੌਪ ਦਾ ਲੱਗਿਆ। ਤੇ ਹਵਾਨੇ ਤੇ ਨਾ ਸੱਜਣੋ ਨਾੜਾਂ ਨੂੜਾਂ ਦੇਖ ਸਕਦੇ ਹੋ, ਤੇ ਕੱਦ ਕਾਠ ਵੀ ਝੋਟੀ ਦਾ ਚੰਗਾ। ਤੇ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਦੀ ਡਿਟੇਲ ਪੁੱਛਣੀ ਆ ਤੇ ਫਿਰ ਤੁਹਾਨੂੰ ਤੋਰ ਕੇ ਦਿਖਾਵਾਂਗੇ। ਐਂ ਨੂੰ ਆਜੋ ਬਾਈ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਨਾਮ ਕੀ ਆ ਬਾਈ ਆਪਣਾ? ਗੁਰਸੇਵਕ ਬਾਈ। ਗੁਰਸੇਵਕ, ਲੈ ਗੁਰਸੇਵਕ ਉੱਚੀ ਬੋਲ, ਰੋਟੀ ਰੂਟੀ ਖਾ ਕੇ ਆਇਆ? ਹੈ,
ਅੱਛਾ ਪਿੰਡ ਕਿਹੜਾ ਹੈ? ਪਿੰਡ ਬਹਾਦਰਪੁਰ ਬਾਈ। ਬਹਾਦਰਪੁਰ ਕਿਹੜਾ ਸੂਆ ਝੋਟੀ ਦਾ? ਦੂਜਾ ਸੂਆ ਬਈ। ਕਿੰਨੇ ਕੁ ਦਿਨ ਹੋ ਗਏ ਸੂਈ ਨੂੰ? ਇਹ ਸੂਈ ਪਰਸੋਂ ਦੀ ਹੈ ਬਈ। ਪਰਸੋਂ ਦੀ? ਕਿੰਨੀ ਕੁ ਬੋਲੀ ਹੋਊਗੀ ਫਿਰ? ਇਹ 13 ਇੰਚ ਤਿਆਰ ਬਈ ਹੁਣ। 13? ਹਾਂਜੀ। 13 ਜ਼ਿਆਦਾ ਨਹੀਂ ਹੈਗਾ? ਜ਼ਿਆਦਾ ਨਹੀਂ ਹੈਗਾ। ਹੈਗਾ ਤਿਆਰ 13? ਤਿਆਰ। 12 ਮਨਜ਼ੂਰ ਹੈ ਤੇਰਾ? 12 ਕਰ ਲੈ। ਹੈ ਹੁਣ ਤਾਂ ਕਿਲੋ ਘੱਟ ਕਰ ਲੈ, ਕੋਈ ਚੱਕਰ ਨਹੀਂ ਹਨਾ। ਕਿਲੋ ਘੱਟ ਕਹਦੇ ਹੁਣ ਤਾਂ ਜੇ ਦੁੱਧ ਕੱਢੂ ਬਈ। ਕਿੰਨਾ ਕੁ ਦੁੱਧ ਕੱਢ ਦੂਗੀ? ਕੱਢ ਦੂ 12 ਤਿਆਰ। ਕਿਹੜੇ ਇਲਾਕੇ ਦੀ ਮੈਂ? ਲੈਰੇ ਅੱਗੇ ਦੀ ਬਈ। ਹੈ ਚੱਲ ਸ਼ੁਕਰ ਹੈ, ਇੰਨਾ ਸ਼ੁਕਰ ਤਾਂ ਹਰਿਆਣੇ ਦੀ ਨਾ ਕਹਿਤਾ ਹਨਾ। ਆਪਣੇ ਵਾਲੇ ਵਪਾਰੀ ਕਹਿੰਦੇ ਕਈ ਵਾਰੀ ਵੀ ਹਰੇਕ ਮੈਸ ਹੀ ਹਨਾ ਹਰਿਆਣੇ ਦੀ ਬਣਾ ਦਿੰਦੇ ਨੇ। ਪੰਜਾਬ ਚ ਵੀ ਜਾਂ ਚੰਗੀਆਂ ਮੈਸਾਂ ਹੈਗੀਆਂ ਹਨਾ, ਇਹੀ ਗੱਲ ਨਹੀਂ। ਬੱਚਾ ਕੀ ਆ ਨਾਲ ਦੇ? ਕੱਟੀ ਹੈ ਬਈ। ਕੱਟੀ? ਰੇਟ ਫਿਰ ਇਹਦਾ ਕਿੰਨੇ ਕੁ ਦੇ ਦਾਂਗੇ ਆਪਾਂ? ਰੇਟ 1.10 ਹੈ ਬਈ। 1.10? 5-5 ਦੀ ਹੋ ਜੂ ਮੌਕਾ? ਹਾਂਜੀ। ਹੈ ਨੰਬਰ ਬੋਲ ਦੇ। ਨੰਬਰ 88-10-26 ਬਈ। ਹਾਂਜੀ। 0-60-60। ਇੱਕ ਵਾਰੀ ਫਿਰ ਬੋਲੋ। 88-10-26। ਹਾਂਜੀ। 0-60-60। ਲੈ ਇਹਨੂੰ ਤੋੜ ਕੇ ਦਿਖਾ ਦੇ ਇੱਕ ਹੋਰ ਬਈ। ਲੈ ਸੱਚ ਨੂੰ ਰੇਟ ਨਾ ਬਾਈ ਨੇ ਮੰਦੇ ਦੇ ਰੇਟ ਦੇ ਹਿਸਾਬ ਨਾਲ ਨਹੀਂ ਕਰਿਆ। 1,05,000 ਦੂਜਾ ਸੂਆ ਝੋਟੀ ਆ, ਤੇ ਸਿੰਗ ਸੁੰਗ ਦੀ ਗੱਲ ਕਰਾਂ ਮੈਂ, ਬਿਲਕੁਲ ਕੁੰਡੇ ਸਿੰਗਾ ਚ ਲੰਬਾਈ ਲੰਬੂਈ ਤੇ ਲੇਵਾ ਲੂਵਾ ਨਾ ਸੱਜਣੋ ਚੰਗਾ ਝੋਟੀ ਦਾ। ਤੇ ਇੱਧਰ ਤੋਂ ਥਣ ਥਣ ਆਊਟ ਦੇਖ ਸਕਦੇ ਹੋ। ਚਲਾ ਦਿਓ ਜੀ ਇਹਨੂੰ, ਚਲਾ ਦਿਓ ਬਾ ਕਮਾ ਲਓ ਬਾਈ। ਕਮਾ ਲਓ, ਕਮਾ ਲਓ। ਪਰਸੋਂ ਦੀ ਨਾ ਸੱਜਣੋ ਇਹ ਸੂਈ ਹੋਈ ਆ। ਉਹ ਬੱਚਾ ਬੈਠਾ ਇਹਦਾ ਤੁਹਾਨੂੰ ਮੈਂ ਦਿਖਾ ਦੂੰਗਾ ਵੀਡੀਓ ਦੇ ਵਿੱਚ ਹੀ। ਤੁਰਦੀ ਜੀ ਕਿਵੇਂ ਆ ਮਸਾਂ ਮਸਾਂ ਜੀ? ਮੂਰੀ ਦੇ ਕਲਗਾਨੀ ਮੰਨਦੀ ਸਾਰੀ। ਅੱਛਾ, ਮੂਰੀ ਦੇ ਕਲਗਾਨੀ ਮੰਨਦੀ। ਆ ਨਾ ਸੱਜਣੋ ਇਹਦੇ ਨਾਲ ਕੱਟੀ ਹੈ, ਤੇ ਹੁਣ ਆਪਾਂ ਤੁਹਾਨੂੰ 2 ਨੰਬਰ ਤੇ ਲੈ ਚੱਲਦੇ ਆ। ਇਹ ਝੋਟੀ ਦੀ ਵੀ ਡਿਟੇਲ ਮੈਂ ਸਾਰੀ ਪੁੱਛ ਕੇ ਦੇ ਦੂੰਗਾ ਸੱਜਣ ਨੂੰ। ਇਹਦਾ ਵੀ ਥਣ ਥਣੌਟ ਸੱਜਣੋ ਚੰਗਾ ਲੱਗਾ। ਮੁੱਠੀ ਦੀ ਚਵਾਈ ਵਾਲਾ ਥਾਣਾ ਤੇ ਉੱਤੇ ਪੁੱਠੇ ਦੀ ਚੜਾਈ ਚੁੜੀ ਤੇ ਜਾਨ ਵਾਲੀ ਝੋਟੀ ਆ ਬਾਈ। ਆ ਜਾ, ਇਹਦੇ ਬਾਰੇ ਵੀ ਦੱਸ ਦੇ। ਇਹਦਾ ਸੂਆ ਕਿਹੜਾ? ਇਹ ਵੀ ਦੂਜੇ ਸੂਆ ਫਿਰ? ਇਹਦਾ ਵੀ ਦੂਜਾ ਸੂਆ। ਇਹਨੂੰ ਕਿੰਨੇ ਕੁ ਦਿਨ ਹੋ ਗਏ ਸੂਈ? 10 ਦਿਨ ਹੋ ਗਏ ਬਾਈ। 10 ਦਿਨ? ਇਹਦੇ ਸਿਰ ਤਾਂ ਤਿਆਰ ਹੀ ਹੋਊਗਾ ਦੁੱਧ ਫਿਰ? ਇਹ ਤਿਆਰ ਹੈ। ਕਿੰਨਾ ਕੁ ਦੁੱਧ? 12 ਲੀਟਰ ਤਿਆਰ ਬਾਈ। 12 ਲੀਟਰ ਤਿਆਰ? ਇਹਦਾ ਰੇਟ 12 ਲੀਟਰ? ਇਹਦਾ ਵੀ 1.10 ਹੈ ਜੀ। ਇਹਦਾ ਵੀ 1.10 ਮੰਗੀ ਹੈ ਨਾ? 13 ਲੀ ਦਾ ਵੀ 1.10 ਮੰਗੀ ਹੈ ਨਾ? ਕੀ ਗੱਲ ਆ? ਇਹ ਕਿੰਨੇ ਦੀ ਹੋ ਜੂਗੀ? ਲੱਖ ਦੇ ਅੰਦਰ ਦੱਸ ਕਿੰਨੇ? ਹੈ ਬਾਹਰ ਹੋ? ਹੈ ਬਾਹਰ ਹੋ? ਦੁੱਧ ਘੱਟ ਹੈ ਜਿਹੜਾ? ਨਹੀਂ ਘੱਟ ਹੈ, ਬਾਹਰ ਹੀ ਦੁੱਧ ਹੈ। ਦੁੱਧ ਕਰਦੀ ਵਧੂਗੀ? ਹਾਂਜੀ। ਕਿੰਨਾ ਕਰ ਜੂਗੀ? 15 ਕਰ ਜੂ। ਅੱਛਾ, 14 ਕਰਕੇ ਦੇ ਦੀ ਲੱਖ ਤੋਂ ਬਾਰੇ? 14 ਦੇ ਪਾਣ ਦੇ ਸਾਰੇ ਵਾਲਾ ਕਿੰਨਾ ਪਊਗਾ ਜੀ? ਅੱਛਾ, ਉਹ ਵੀ ਖਰਾਕ ਦੇ ਸਾਰੇ ਵਾਲਾ? ਜਦੋਂ ਬੰਦਾ ਸ਼ਾਮਦਾ ਨਹੀਂ ਜਾ ਕੇ ਨਾ ਦੁੱਧ ਸੱਜਣੋ ਫੇਰ ਵੀ ਨਹੀਂ ਦਿੰਦੀਆਂ ਹਨਾ। ਜਦੋਂ ਆਪਾਂ ਨਾ ਤੂੜੀ ਤੱਪੇ ਜੇ ਤੇ ਬੰਦਾ ਨੇ ਜਾ ਕੇ ਸੇਵਾ ਨਹੀਂ ਕਰਦੇ, ਫਿਰ ਆਪਾਂ ਲਾਂਭਾ ਦੇਣ ਲੱਗ ਜਾਂਦੇ ਵਪਾਰੀਆਂ ਨੂੰ ਹਨਾ। ਇਹ ਵੀ ਪਾਉਣ ਨਾਲ ਹੀ ਸੱਜਣੋ ਦੁੱਧ ਦਿੰਦੀਆਂ ਨੇ, ਖੋਲ ਕੇ ਤੋੜਦੇ। ਬੱਚਾ ਕੀ ਆ ਇਹਦੇ ਨਾਲ? ਇਹਦੇ ਕੱਟਾ ਬਈ, ਇਹਦੇ ਮੰਗਰ ਕੱਟਾ ਹੈ। ਲੈ ਇਹ ਨਾ ਸੱਜਣੋ ਹੋ ਜੂਗੀ ਲੱਖ ਦੇ ਨੇੜ ਤੇੜ ਹੋ ਜੂਗੀ। ਤੇ ਲੇਵਾ ਨਾ ਇਹ ਵੀ ਸੋਹਣਾ ਦਿਖਾ, ਇਹਨੂੰ ਚਲਾ ਦੇ। ਤੇ ਲੇਵਾ ਲੂਆ ਨਾ ਸੱਜਣੋ ਇਹਦਾ ਵੀ ਸੋਹਣਾ, ਨੇੜੇ ਤੋਂ ਤੁਹਾਨੂੰ ਦਿਖਾ ਦੇਣਾ ਇੱਕ ਵਾਰੀ ਮੈਂ। ਬਾ ਮੋੜ ਲਓ ਬਾਈ। ਲੈ ਸੱਜਣ ਦੀਆਂ 2 ਝੋਟੀਆਂ ਦਿਖਾਈਆਂ ਨੇ, ਤੇ ਹੁਣ ਅੱਗੇ ਲੈ ਕੇ ਚੱਲਦਾ ਹੋਰ ਝੋਟੀਆਂ ਦਿਖਾਉਣਾ। ਅੱਜ ਮੈਂ ਨਾ ਤੁਹਾਨੂੰ ਫਤਿਹਾਬਾਦ ਪਸ਼ੂ ਮੇਲਾ ਦਿਖਾ ਦੂੰਗਾ ਪੂਰਾ, ਤੇ ਨਾਲੇ ਅੱਜ ਦੇ ਰੇਟਾਂ ਤੋਂ ਤੁਹਾਨੂੰ ਸੱਜਣੋ ਮੈਂ ਜਾਣੂ ਕਰਾ ਦੂੰਗਾ। ਹੈਰਾਨੀ ਜੀ ਵੀ ਹੁੰਦੀ ਹਰਿਆਣੇ ਦੇ ਵਿੱਚ ਵੀ ਨਾ ਨੀਲੀ ਰਾਵੀ ਨਸਲ ਦੇ ਜਾਨਵਰ ਨਾ ਕਈ ਵਾਰੀ ਮਿਲ ਜਾਂਦੇ ਆ, ਪਰ ਜਦੋਂ ਮਿਲਦੇ ਆ ਨਾ ਸਾਨੂੰ ਚੰਗੇ ਮਿਲਦੇ ਆ। ਇੱਥੇ ਤੋਂ ਅੱਖ ਉੱਖ ਦੇਖ ਸਕਦੇ ਹੋ, ਚਿੱਟੇ ਨੱਕ ਚ ਤੇ ਕਾਠ ਕੂਟ ਬਹੁਤ। ਉਹ ਆਪਾਂ ਤੋੜ ਕੇ ਦਿਖਾਵਾਂਗੇ, ਪਹਿਲਾਂ ਸੱਜਣ ਨਾਲ ਗੱਲ ਕਰਾ ਦਿੰਦੇ ਆ ਬਾਈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਜੀ। ਸੰਦੀਪ ਕੁਮਾਰ ਹੈ ਜੀ। ਸੰਦੀਪ ਕੁਮਾਰ। ਗਾਮ ਕੌਣ ਸਾ? ਜੰਡਵਾਲਾ ਸੋਤਰ ਹੈ ਜੀ।
ਕੌਣ ਸੇ ਜ਼ਿਲ੍ਹੇ ਮੇਂ? ਇਹ ਫਤਿਹਾਬਾਦ ਮੇਂ ਹੈ ਜੀ। ਅੱਛਾ, ਫਤਿਹਾਬਾਦ ਜ਼ਿਲ੍ਹੇ ਚ ਰਹਿ ਜਾਂਦਾ। ਕਿਹੜਾ ਸੂਆ ਸੂਗੀ? ਇਹ ਖਾਰਕੀ ਸੂਗੀ ਜੀ। ਪੈਲਣ ਦੰਦਾਂ ਚ ਕਿੰਨੇ? ਦੋ ਦੰਦ ਆ ਜੀ। ਮੂੰਹੋਂ ਦੋ ਦੰਦ? ਵੱਡੀ ਬੁੱਢੀ ਬਹੁਤ ਆ ਯਾਰ, ਦੇਖਣ ਨੂੰ ਐ ਲੱਗਦਾ ਜਿਵੇਂ 6 ਦੰਦ। ਆ ਹਾਂ, ਨਹੀਂ ਜੀ। ਕਿੰਨੇ ਕੁ ਦਿਨ ਲੈਂਦੀ ਆ ਸੂਣ ਚ? ਸੂਣ ਚ ਅਜੇ ਹਫਤਾ ਲੈ ਜਾਏਗੀ ਜੀ। ਇੱਕ ਹਫਤਾ ਕੱਢ ਜੂਗੀ? ਹਾਂਜੀ। ਕਿੰਨੇ ਕੁ ਦੁੱਧ ਦੀ ਉਮੀਦ ਆ ਆਪਾਂ ਨੂੰ? ਦੁੱਧ ਦੇਣਾ ਚਾਹੀਏ ਇਸਨੇ ਜੀ 16 ਲੀਟਰ। 1500? ਹਾਂਜੀ। ਰੇਟ ਇਹਦਾ ਅੱਜ ਦਾ? ਰੇਟ ਇਸਕਾ 1.5 ਲੱਖ ਰੁਪਏ ਜੀ। 1.5 ਲੱਖ? ਬਾਜ਼ਾਰ ਥੋੜਾ ਠੰਡਾ ਉਹਦੇ ਹਿਸਾਬ ਨਾਲ। ਹਾਂ, ਜੇ ਬਾਜ਼ਾਰ ਖੁੱਲਣਾ ਹੈ ਨਾ, ਪਹਿਲੀ ਮੰਡੀ ਲੱਗੀ ਹੈ ਲੋਕਡਾਊਨ ਤੋਂ। ਇਹ ਲੱਗੂਗੀ ਲਗਾਤਾਰ ਮੰਡੀ? ਹਾਂ, ਅਭੀ ਅੱਗੇ ਚੱਲੀ ਮੰਡੀ, ਹਰ ਹਫਤੇ ਲੱਗਣੀ ਹੈ। ਹਾਂ, ਸਰਕਾਰੀ ਮੰਡੀ ਹੋ ਗਈ ਇਹ। ਲਿਖਾਈ ਕਿੰਨੀ ਕਹਿੰਦੇ ਹੁਣ? ਲਿਖਾਈ ਇਸਮੇ 800 ਔਰ 300 ਹੈ। ਅੱਛਾ, ਆਉਣ ਵਾਲੇ ਪਸ਼ੂ ਦੀ 300 ਆ? ਨਹੀਂ, ਹਾਂਜੀ, ਵੇਚਣ ਵਾਲਾ ਪੰਜਾਬ ਕੀ ਮੰਡੀਆਂ ਤੁਹਾਨੂੰ ਪਤਾ ਜੀ। ਕਿੰਨੇ ਕੁ ਦੀ ਦੇ ਦੋਗੇ ਸਹੀ ਰੇਟ? ਜਮੀ ਇਹ ਘਟਾਉਣਾ ਨੀ, ਫਿਕਸ ਰੇਟ ਦੱਸ। 140 ਕੀ ਦੇ ਦੇਣ? 140 ਦੀ ਨੰਬਰ ਬੋਲ। ਨੰਬਰ ਹੈ ਜੀ 98131 ਰਾਮ ਜਲਾ ਦੜੀ ਚੱਲ ਬਾਲਾ ਟੋਪ ਦਾ ਲੱਗਿਆ ਸੀ।